ਅਸਲਾਮ ਵਾਲੇਕੁਮ ਮੇਰੇ ਵੀਰ ਕੀ ਹਾਲ ਆ ਤੁਹਾਡਾ ਅੱਲਾ ਦਾ ਸ਼ੁਕਰ ਆ ਅਸੀਂ ਵੀ ਠੀਕ ਠਾਕ ਆ ਚਾਲੂ ਗੋਭੀ ਬਣਾਉਣੇ ਆ ਤੇ ਸਬਜ਼ੀ ਬਣਾ ਲਈਏ ਹੁਣ ਪਿਆਜ਼ ਵਗੈਰਾ ਕੱਟ ਲਈਏ ਫਿਰ ਨਾਲ ਹੀ ਮਸਾਲਾ ਰੱਖਦੇ ਆ ਪਿਆ ਘਿਓ ਵਗੈਰਾ ਪਾ ਕੇ ਮਸਾਲੇ ਵੀ ਗਰਮ ਮਸਾਲਾ ਪੀਸ ਲਿਆ ਸੀ ਬਾਕੀ ਚੀਜ਼ਾਂ ਹੁਣ ਪਾਣੇ ਆ ਘਿਓ ਦੇ ਨਾਲੇ ਤੁਹਾਨੂੰ ਆਪਣੀਆਂ ਗੱਲਾਂ ਸ਼ੇਅਰ ਕਰਦੇ ਆ ਘਰ ਦੀਆਂ ਥੋੜੀਆਂ ਬਹੁਤੀਆਂ ਤੇ ਜਿਸ ਤਰ੍ਹਾਂ ਹੀ ਹੁਣ ਸਾਲਨ ਬੰਦ ਆ ਸਾਲਨ ਤਾਂ ਬੰਦ ਰਹਿਣਾ ਆ ਨਾਲ ਇਹ ਸਬਜ਼ੀ ਵਗੈਰਾ ਵੀ ਕੱਟੀ ਹੋਈ ਆ ਪਿਆਜ਼ ਹਰਸ਼ਾ ਬਣ ਗਈ ਆ ਤੇ ਹੁਣ ਟਮਾਟਰ ਵਗੈਰਾ ਕੱਢਦੇ ਆ ਟਮਾਟਰ ਆਈ ਭਾਈ ਕੋਲੇ ਨਾ ਸਬਜ਼ੀ ਵਾਲੇ ਕੋਲੇ ਹਰੇ-ਹਰੇ ਜਿਹੇ ਸੀਗੇ ਲਾਲ ਰੰਗ ਦੇ ਨਹੀਂ ਸੀਗੇ ਹਰੇ ਥੋੜੇ ਜਿਹਾ ਨਾ ਸਖਤ ਜਿਹੇ ਹੁੰਦੇ ਨੇ ਤਾਂ ਜਲਦੀ ਮਿਕਸ ਨਹੀਂ ਹੁੰਦੇ ਇਹਨਾਂ ਦੇ ਵਿੱਚ ਤੇ ਨਾਲ ਹੀ ਅਸੀਂ ਪਕਾਣ ਬਣਾਣੀਆਂ ਇਹ ਮਠੀਆਂ ਅਸੀਂ ਮਠੀਆਂ ਵੀ ਕਈਦੇ ਆ ਤੇ ਨਾਲ ਹੀ ਹੁਣ ਕੱਟਦੇ ਆ ਆਪਾਂ ਲਸਣ ਵੀ ਕੁੱਟਦੇ ਆ ਮਸਾਲਾ ਵਗੈਰਾ ਤਿਆਰ ਕਰ ਲਿਆ ਸੀਗਾ ਤੇ ਹੁਣ ਲਸਣ ਰਹਿਣਾ ਸੀ ਕੁੱਟਣ ਵਾਲਾ ਇਹ ਕੁੱਟਦੇ ਆ ਤੇ ਨਾਲੇ ਤੁਹਾਨੂੰ ਦੱਸ ਦਿਆਂ ਜੀ ਅਸੀਂ ਮਠੀਆਂ ਬਣਾਉਣੀਆਂ ਨੇ ਆਪਾਂ ਤਾਂ ਮਠੀਆਂ ਵੀ ਕਹੀਦਾ ਤੇ ਜਿਹੜੇ ਇਲਾਕੇ ਚ ਸਲਸੀ ਰਹਿੰਦੇ ਸੀਗੇ ਛੋਟੇ ਹੁੰਦੇ ਆ ਉੱਥੇ ਟਿਕੜੇ ਵੀ ਕਹਿੰਦੇ ਨੇ ਉਹਨਾਂ ਨੂੰ ਅਸਲ ਤਾਂ ਫਿਰ ਜ਼ਿਆਦਾ ਟਿਕੜੇ ਹੀ ਕਹੀਦਾ ਸੀ ਉਹਨਾਂ ਨੂੰ ਤੇ ਕਿਉਂਕਿ ਸਾਡੇ ਨਾਲ ਜਿਹੜੇ ਆ ਆਲੇ ਦੁਆਲੇ ਗਵਾਂਢੀ ਸੀ ਉਹ ਵੀ ਟਿਕੜੇ ਹੀ ਕਹਿੰਦੇ ਸੀਗੇ ਤੇ ਪੰਜਾਬ ਇਹ ਅਸੀਂ ਪੰਜਾਬੀ ਲੋਕ ਉਥੇ ਘੱਟ ਸੀਗੇ ਤੇ ਦੂਸਰੀ ਜ਼ਬਾਨ ਬੋਲਣ ਵਾਲੇ ਜ਼ਿਆਦਾ ਸੀ ਫਿਰ ਅਸੀਂ ਵੀ ਉਹਨਾਂ ਨਾਲ ਉਦਾਂ ਹੀ ਬੋਲਦੇ ਸੀਗੇ ਜਿਸ ਤਰ੍ਹਾਂ ਉਹ ਬੋਲਦੇ ਸੀਗੇ ਤੇ ਇਸ ਵਜ੍ਹਾ ਤੋਂ ਫਿਰ ਬਾਕੀ ਜਿਹੜੇ ਸਾਡੇ ਰਿਸ਼ਤੇਦਾਰ ਮਜ਼ਾਕ ਉਡਾਉਂਦੇ ਸੀ ਸਾਡੇ ਨਿੱਕੇ ਹੁੰਦਿਆਂ ਦਾ ਤੇ ਭਈ ਇਹ ਕਿੱਦਾਂ ਬੋਲਦੇ ਨੇ ਤੇ ਵਜ਼ਾਰਾ ਜਿਹੜਾ ਬੱਚਾ ਜਿੱਥੇ ਜਿਹੜੇ ਇਲਾਕੇ 'ਚ ਰਹਿੰਦਾ ਹੋਵੇ ਫਿਰ ਬੱਚੇ ਨਾਲ ਉਸ ਤਰ੍ਹਾਂ ਹੀ ਬਾਕੀ ਗੱਲਾਂ ਕਰਦੇ ਨੇ ਘਰ ਵਾਲੇ ਤੇ ਕਿਉਂਕਿ ਸਾਡੇ ਘਰੇ ਫਿਰ ਮੇਰੇ ਅੱਬੂ ਨਾਲ ਜ਼ਿੰਮੇਵਾਰੀ ਦਾ ਕੰਮ ਕਰਨ ਵਾਸਤੇ ਵੀ ਕੋਈ ਨਾ ਕੋਈ ਮਲਾਜ਼ਮ ਹੁੰਦਾ ਸੀ ਤੇ ਉਹਨਾਂ ਨਾਲ ਵੀ ਅਸੀਂ ਗੱਲ ਕਰਨੀ ਫਿਰ ਉਸ ਜ਼ੁਬਾਨ 'ਚ ਕਰਨੀ ਫਿਰ ਜਦੋਂ ਅਸੀਂ ਕਿਤੇ ਜਾਣਾ ਤੇ ਸਾਡੇ ਨਾਨਕੇ ਨਾਨਕੇ ਦਾ तकरीबन ਉਹ ਨਾ ਪਿੰਡਾ ਜੀ ਸੀਗੇ ਦਾਦਕੇ ਇਧਰ ਸ਼ਹਿਰ ਸ਼ਹਿਰ ਰਹਿੰਦੇ ਸੀਗੇ ਤੇ ਉਹ ਵਿਰਾਸਤ ਦੇ ਹੁੰਦੇ ਸੀ ਉਹ ਕਹਿੰਦੇ ਤੁਸੀਂ ਨਾ ਉਹਨਾਂ ਤਰ੍ਹਾਂ ਬੋਲਦੇ ਹੋ ਤੇ ਅਸੀਂ ਚੁੱਪ ਕਰ ਜਾਣਾ ਵੀ ਛੋਟੇ ਹੁੰਦੇ ਸੀ ਕੋਈ ਪਤਾ ਨਹੀਂ ਸੀ ਲੱਗਦਾ ਕਿਉਂਕਿ ਸਾਡੇ ਤੋਂ ਸਾਰੇ ਬੜੇ ਸੀ ਸਾਡੇ ਚਾਚੇ ਤਾਇਆ ਦੇ ਮੁੰਡੀਆਂ ਮੁੰਡੇ ਸਾਰੇ ਤੇ ਅਸੀਂ ਕਹਿਣਾ ਵੀ ਜੇ ਸਾਨੂੰ بڑے ਹੋਏ ਪਤਾ ਲੱਗਿਆ ਫਿਰ ਅਸੀਂ ਬੋਲਣਾ ਸੀ ਸਹੀ ਬੋਲਣਾ ਉਹਨਾਂ ਕੋਲ ਜਾ ਕੇ ਵੀ ਸਾਨੂੰ ਹਾਸ ਦੇ ਨੇ ਹੁਣ ਤਾਂ ਆਗੂ ਸ਼ੇਅਰ ਕਰ ਦੇਣ ਵਾਲੇ ਆਪਣਾ ਬਣਾਣੇ ਆ ਸਾਲਣ ਵੀ ਤੇ ਸਬਜ਼ੀ ਬਣੀ ਵੀ ਆ ਟਮਾਟਰ ਵਗੈਰਾ ਹੁਣ ਮਿਕਸ ਹੋ ਜਾਂਦੇ ਤੇ ਫਿਰ ਮਿਰਚਾ ਵਗੈਰਾ ਪਾਣੇ ਆ ਥੋੜੀ ਦੇਰ ਲਾਂਦੇ ਨੇ ਗਲਣ ਵਾਸਤੇ ਵੀ ਤੇ ਜਲਦੀ ਗਲਦੇ ਨਹੀਂ ਹੈਗੇ ਤੇ ਹੁਣ ਥੋੜਾ ਜਿਹਾ ਇਹਨਾਂ ਨੂੰ ਪਾਣੀ ਲਾ ਦਈਏ ਨਾਲ ਤੇ ਫਿਰ ਉਸ ਤਰ੍ਹਾਂ ਹੀ ਹੋ ਜਾਂਦੇ ਨੇ ਇਹ ਸਾਡੇ ਮੂੰਹ ਜੋ ਕਿਧਰਿਕ ਲ ਜਾਣਾ ਨਾ ਉਹ ਸ਼ੈ ਕਿਦੇ ਪਈ ਏ ਤੇ ਆਪਾਂ ਤਾਂ ਕਹੀਦਾ ਕਿੱਥੇ ਪਈ ਆ ਤੇ ਉਹਨਾਂ ਨੇ ਹੱਸਣਾ ਵੀ ਉਹ ਕੀ ਹੁੰਦਾ ਆ ਕਿਦੇ ਪਈ ਦਾ ਕੀ ਮਤਲਬ ਆ ਤੇ ਸੰਦ ਪਤਾ ਸੀ ਵੀ ਅਸੀਂ ਤਾਂ ਗੱਲ ਕਰੀ ਦੀਏ ਸਾਨੂੰ ਪਤਾ ਆ ਉਹਨਾਂ ਦਾ ਫਿਰ ਅਸੀਂ ਜਦੋਂ ਸਾਨੂੰ ਸਮਝ ਆਈ ਫਿਰ ਅਸੀਂ ਬੜੇ ਧਿਆਨ ਨਾਲ ਗੱਲ ਕਰਨੀ ਵੀ ਸਾਡਾ ਮਜ਼ਾਕ ਨਾ ਡਾਉਣ ਤੇ ਇਸ ਵਜ੍ਹਾ ਤੋਂ ਫਿਰ ਉਹ ਹੌਣ ਤੱਕ ਸਾਡਾ ਨਿੱਕੇ ਹੁੰਦੇ ਦੀ ਗੱਲਾਂ ਯਾਦ ਕਰਕੇ ਹੱਸਦੇ ਹੁੰਦੇ ਨੇ ਵੀ ਇਹ ਸਾਡੇ ਕੋਲ ਹੁੰਦੇ ਸੀ ਤੇ ਇਸ ਤਰ੍ਹਾਂ ਬੋਲਦੇ ਸੀਗੇ ਤੇ ਅਸੀਂ ਹੁਣ ਤਾਂ ਸਾਨੂੰ ਫਿਰ ਅਸੀਂ ਕਹਾਂ ਲੈ ਅਸੀਂ ਜਿਵੇਂ ਗੱਲ ਕਰੀ ਦੀ ਓਵੇਂ ਕਰਦੇ ਹੁਣ ਮਾਸ਼ਾਅੱਲਾ ਸਾਡੇ ਵੀ ਘਰੇ ਬੱਚੇ ਨੇ ਭਤੀਜੇ ਨੇ ਤੇ ਉਹ ਵੀ ਉਹਨਾਂ ਨਾਲ ਉਸ ਤਰ੍ਹਾਂ ਹੀ ਬੋਲਦੇ ਨੇ ਆਪਣੇ ਬਾਕੀਆਂ ਬੰਦਿਆਂ ਨਾਲ ਤੇ ਸੰਤ ਪਤਾ ਹੈ ਵੀ ਜਿਸ ਇਲਾਕੇ 'ਚ ਬੰਦਾ ਰਹਿੰਦਾ ਉਹਦੀ ਰਹਿਤ ਵਹਿਤ ਫਿਰ ਉਹਦਾ ਬੋਲਣ ਵੀ ਉਸ ਤਰ੍ਹਾਂ ਹੀ ਹੋ ਜਾਂਦਾ ਹੈ ਤੇ ਪਹਿਲਾਂ ਤਾਂ ਮੇਰੇ ਅੱਬੂ ਵੀ ਫੌਜ 'ਚ ਸੀਗੇ ਫਿਰ ਲਟਾਇਰ ਹੋਏ ਫਿਰ ਜ਼ਿੰਮੇਦਾਰਾ ਕਰਨ ਲੱਪੇ ਸੀ ਤੇ ਇਸ ਵੇਲੇ ਤਾਂ ਫਿਰ ਅਸੀਂ ਵੀ ਪਿੰਡ 'ਚ ਹੀ ਰਹਿੰਦੇ ਸੀਗੇ ਮਸਾਲਾ ਤਿਆਰ ਅੱਜ ਮੇਰੇ ਦਿਲ ਕਰਦਾ ਸੀ ਮਸਾਲੇ ਨਾਲ ਰੋਟੀ ਖਾਣ ਵਾਸਤੇ ਮੈਂ ਤਾਂ ਆਪਣੇ ਵਾਸਤੇ ਥੋੜਾ ਜਿਹਾ ਮਸਾਲਾ ਕੱਢਿਆ ਬਾਕੀਆਂ ਵਾਸਤੇ ਹੁਣ ਆਲੂ ਗੋਭੀ ਦਾ ਸਾਲਨ ਤਿਆਰ ਹੋ ਰਿਹਾ ਮੇਰੇ ਟਮਾਟਰ ਵਿੱਚ ਖੁਰਗੇ ਨੇ ਤੇ ਹੁਣ ਜਿਸ ਤਰ੍ਹਾਂ ਮਿਕਸ ਹੋਏ ਨੇ ਤੇ ਹੁਣ ਬਾਕੀ ਆਲੂ ਗੋਭੀ ਵਿੱਚ ਪਾਣੇ ਆ ਨਾਲ ਹੀ ਮਠੀਆਂ ਵਗੈਰ ਬਣਾ ਸਾਡੇ ਘਰੇ ਨਾ ਜ਼ਿਆਦਾ ਕੁਲੀ ਵੀ ਗੋਭੀ ਨਹੀਂ ਖਾਂਦੇ ਮੇਰੀ ਅੰਮੀ ਉਹਨਾਂ ਦੇ ਘਰ ਵੀ ਤੇ ਇੱਥੇ ਵੀ ਥੋੜੀ ਗੋਭੀ ਵੀ ਫੁੱਲ ਕੱਲੇ ਕੱਲੇ ਹੋਣ ਤੇ ਫਿਰ ਇਸ ਵੇਹ ਤੋਂ ਜਦੋਂ ਗੋਭੀ ਡੰਡੇਆਂ ਤੋਂ ਬਗੈਰ ਵਾਲੀ ਹੁੰਦੀ ਹੁੰਦੀ ਹੈ ਨਾ ਫਿਰ ਅਸੀਂ ਉਦੋਂ ਲਈਦੀ ਆ ਕਿਉਂਕਿ ਜੇ ਡੰਡੇ ਥੱਲੇ ਹੋਣ ਉੱਪਰ ਫੁੱਲ ਥੋੜਾ ਹੋ ਫਿਰ ਹਲਵਾਜਾ ਬਣ ਜਾਂਦੀ ਹੈ ਨਾਲੇ ਫਿਰ ਸਹੀ ਪੱਕਦੀ ਨਹੀਂ ਹੈ ਤੇ ਇਸ ਵਜਾ ਤੋਂ ਫਿਰ ਕੋਈ ਖਾਂਦਾ ਨਹੀਂ ਨਾ ਸ਼ੌਕ ਨਾ ਤੇ ਜਦੋਂ ਇਸ ਤਰ੍ਹਾਂ ਦੀ ਹੁੰਦੀ ਹੈ ਫਿਰ ਮਾਸ਼ੱਲਾ ਸਾਰੇ ਖੁਸ਼ ਹੋ ਕੇ ਖਾ ਲੈਂਦੇ ਨੇ ਨਹੀਂ ਤਾਂ ਫਿਰ ਖਾਂਦੇ ਨਹੀਂ ਆ ਗਲੀ ਜੀ ਹਲਵਾ ਜਆ ਹੁਣ ਅਲੈਦਾ ਅਲੈਦਾ ਪੱਕੀ ਵੀ ਆ ਤੇ ਮਸਾਲਾ ਇਸ ਤਰ੍ਹਾਂ ਵੱਖਰੇ ਵੱਖਰੇ ਫੁੱਲ ਨੇ ਤੇ ਹੁਣ ਸਾਡਾ ਸਾਲਨ ਤਿਆਰ ਹੋ ਗਿਆ ਤੇ ਨਾਲ ਹੀ ਹੁਣ ਮਠੀਆਂ ਦਾ ਮਸਾਲਾ ਬਣਾਣੇ ਆ ਆਪਾਂ ਗੋੜ ਵਗੈਰਾ ਚੀਨੀ ਆ ਚੀਨੀ ਨੂੰ ਖੋਰਨੇ ਆ ਦੁੱਧ ਚ ਤੇ ਪਾਣੀ ਨਹੀਂ ਪਾਣਾ ਫਿਰ ਸਖਤ ਹੋ ਜਾਂਦੀਆਂ ਨੇ ਹਸਤੇ ਇਸ ਤਰ੍ਹਾਂ ਬਣਾਇਦਾ ਸੀਗਾ ਵੀ ਅੱਜ ਮਿੱਠਾ ਸੋਡਾ ਨਹੀਂ ਪਾਣਾ ਨਾ ਅਸੀਂ ਵਿੱਚ ਉਹਨਾਂ ਦੇ ਮੈਦਾ ਪਾਣੇ ਆ ਕੱਲੀਆਂ ਗੋੜ ਚ ਵੀ ਬਣਾ ਲਈਦੀਆਂ ਨੇ ਤੇ ਚੀਨੀ ਨਾਲ ਦੁੱਧ ਦੇ ਵਿੱਚ ਮਿਕਸ ਕਰਕੇ ਚੀਨੀ ਨੂੰ ਤੇ ਫਿਰ ਆٹے ਦੇ ਵਿੱਚ ਪਾਣਾ ਹੈ तकरीबन ਅਸੀਂ ਅੱਧਾ ਕਿਲੋ ਤੋਂ ਥੋੜ੍ਹਾ ਜਿਹਾ ਜ਼ਿਆਦਾ ਹੋਊਗਾ ਆਟਾ ਤੇ ਚਾਰ ਪੰਜ ਚਮਚੇ ਘਿਓ ਦੇ ਲੈ ਸੀਗੇ ਤੇ ਉਹ ਆਟੇ 'ਚ ਮਿਕਸ ਕੀਤੇ ਨੇ ਤੇ ਫਿਰ ਨਾਲ ਹੀ ਦੁੱਧ ਨਹੀਂ ਗਰਮ ਜਿਹਾ ਅਸੀਂ ਫਰੈਦਾ ਦੁੱਧ ਸੀ ਨਾ ਥੋੜ੍ਹਾ ਜਿਹਾ ਗਰਮ ਕਰ ਲਿਆ ਸੀਗਾ ਵੀ ਆਟਾ ਸਹੀ ਤਰ੍ਹਾਂ ਗੁੰਨਿਆ ਜਾਵੇ ਤੇ ਇਹ ਵਿੱਚ ਤੇਲ ਪਾ ਲੈਣੇ ਨੇ ਤੁਸੀਂ ਘਰ ਦੇ ਤੇਲ ਹੋਣਗੇ ਸਾਡੇ ਵੀ ਸੀਗੇ ਥੋੜ੍ਹਾ ਜਿਹਾ ਅਸੀਂ ਵਿੱਚ ਪਾ ਲੈ ਸੀਗੇ ਵੀ ਜ਼ਿਆਦਾ ਨਹੀਂ ਪਾਏ ਵੀ ਚੋ ਬਾਹਰ ਆਏ ਸੜਨ ਲੱਪ ਜਾਂਦੇ ਨੇ ਤੇ ਹੁਣ ਇਹ ਆਟਾ ਗੁੰਨ ਕੇ ਤੇ ਫਿਰ ਮਠੀਆਂ ਬਣਾਣੇ ਆ ਸਾਡੇ ਤਾਂ ਉੱਥੇ ਇਹੀ ਟਿਕੜੇ ਕਹਨੇ ਹੱਸਦੇ ਨੇ ਸਾਰੇ ਹੀ ਟਿਕੜੇ ਕਹੀਦਾ ਫਿਰ ਇੱਥੇ ਅਸੀਂ ਮਠੀਆਂ ਕਹ ਦਿੰਦੀਆਂ ਨੇ ਕਿਉਂ ਘਰ ਵਾਲੇ ਮਠੀਆਂ ਕਹਿੰਦੇ ਨੇ ਤੇ ਅਸੀਂ ਵੀ ਮਠੀਆਂ ਕਹ ਦਿੰਦੇ ਹਾਂ ਲੇਕਿਨ ਸਾਡੇ ਉੱਥੇ ਪੰਜਾਬੀ ਜ਼ੁਬਾਨ ਚ ਇਹਨਾਂ ਟਿਕੜੇ ਕਹੀਦਾ ਆ ਤੇ ਅਸੀਂ ਵੀ ਟਿਕੜੇ ਕਹੀਦਾ ਫਿਰ ਘਰ ਵਾਲੇ ਜਦੋਂ ਸਾਰੇ ਬਾਕੀ ਕਹਿੰਦੇ ਨੇ ਟਿਕੜੇ ਫਿਰ ਅਸੀਂ ਵੀ ਟਿਕੜੇ ਕਹੀਦਾ ਅਸੀਂ ਪਹਿਲੇ ਉੱਥੇ ਉਸ ਇਲਾਕੇ ਜਾਂਦੇ ਇਸ ਵਜ੍ਹਾ ਤੋਂ ਫਿਰ ਆਪਣੀ ਜ਼ੁਬਾਨ ਜ਼ਿਆਦਾ ਕਿਉਂਕਿ ਸਾਡੇ ਘਰੇ ਜਿਹੜੇ ਆਣ ਜਾਣ ਵਾਲੇ ਮੱਲੇ ਵਾਲੇ ਲੋਕ ਨੇ ਉਹ ਵੀ ਇਸੇ ਤਰ੍ਹਾਂ ਬੋਲਦੇ ਨੇ ਫਿਰ ਉਹਨਾਂ ਨਾਲ ਅਸੀਂ ਉਹਨਾਂ ਨਾਲ ਹੀ ਗੱਲ ਕਰੀਦੀ ਉਹਨਾਂ ਦੀ ਜ਼ੁਬਾਨ 'ਚ ਤੇ ਆਪਣੀ ਜਿਸੀਂ ਆਪਣੇ ਨਾਲ ਘਰੇ ਫਿਰ ਬਾਕੀ ਅਸੀਂ ਆਪਣੀ ਬੋਲੀ ਬੋਲੀਦੀ ਆ ਤੇ ਆ ਇਸ ਲਈ ਆਪਾਂ ਬਣਾ ਰਹੇ ਹਾਂ ਹੁਣ ਟਿਕੜੇ ਤੇ ਟਿਕੜੇ ਦਾ ਆਟਾ ਥੋੜੇ ਦਿਨ ਮੈਂ ਰੱਖਤਾ ਸੀਗਾ ਵੀ ਥੋੜਾ ਜਿਹਾ ਹੋ ਜਵੇ ਨਰਮ ਤੇ ਨਾਲ ਹੀ ਹੁਣ ਕੜਾਈ 'ਚ ਘਿਓ ਪਾ ਕੇ ਤੇ ਇਹਨਾਂ ਨੂੰ ਫਰਾਈ ਕਰ ਦਿਆਂ ਘਿਓ ਦੇ ਵਿੱਚ ਤੇ ਖਾ ਕੇ ਦੇਖਿਓ ਮਸ਼ਾਲਾ ਮਜ਼ੇਦੇ ਹੋਣਗੇ ਇਹਨਾਂ 'ਚ ਅਸੀਂ ਕੋਈ ਮਿੱਠਾ ਸੋਡਾ ਨਹੀਂ ਪਾਇਆ ਤੇ ਨਾ ਹੀ ਇਹਨਾਂ ਦੇ ਵਿੱਚ ਆਪਾਂ ਪਾਇਆ ਹੈ ਮੈਦਾ ਸਿਰਫ ਇਹਨਾਂ ਦੇ ਵਿੱਚ ਆਟਾ ਹੀ ਪਾਇਆ ਹੈ ਤੇ ਦੁੱਧ 'ਚ ਗੁੰਨੇ ਆ ਤੇ ਇਹ ਫੁੱਲ ਦੇ ਵੀ ਨੇ ਤੇ ਇਸੇ ਤਰ੍ਹਾਂ ਫਿਰ ਕਿਉਂ ਪਾ ਕੇ ਕੀਤਾ ਜਾਵੇ ਇਹਨਾਂ ਨਰਮ ਵੀ ਰਹਿੰਦੇ ਨੇ ਭਾਵੇਂ 8-10 ਦਿਨ ਰੱਖ ਲਓ ਤੁਸੀਂ ਲੇਕਿਨ ਅਸੀਂ ਹਸਾਬ ਦੇ ਬਣਾਏ ਸੀਗੇ ਮੈਂ ਕਿਹਾ ਚਲੋ ਫਿਰ ਬੰਦਾ ਤਾਜ਼ੇ ਬਣਾ ਲੈਂਦਾ ਦੋ ਤਿੰਨ ਦਿਨਾਂ ਤੋਂ ਬਾਅਦ ਆ ਹੁਣ ਇਲਾਕਾ ਥੋੜਾ ਜਿਹਾ ਮਿੱਠਾ ਹੋ ਗਿਆ ਨਾ ਠੰਡਾ ਮੌਸਮ ਤੇ ਹੁਣੇ ਚੰਗੇ ਲੱਗਦੇ ਨੇ ਗਰਮੀਆਂ 'ਚ ਤੇ ਫਿਰ ਗਰਮ ਵੀ ਹੁੰਦੀ ਆਟੇ ਦੀ ਬਣੀ ਵੀ ਸ਼ੈ ਤੇ ਇਸ ਵਜ੍ਹਾ ਤੋਂ ਫਿਰ ਇਸ ਮੌਸਮ 'ਚ ਜ਼ਿਆਦਾ ਖਾਦੇ ਜਾਂਦੇ ਨੇ ਠੰਡੇ ਮਿੱਠੇ ਮੌਸਮ 'ਚ ਮਜ਼ੇ ਦੇ ਲੱਗਦੇ ਨੇ ਤੇ ਹਰ ਇਲਾਕੇ ਦੀ ਇੱਕ ਆਪਣੀ ਹੁੰਦੀ ਆ ਤੇ ਅਸੀਂ ਸਰਦੀਆਂ ਦੇ ਵਿੱਚ ਸੋਨਾ ਹਲਵਾ ਬਣਾਈਦਾ ਆ ਮਸ਼ਹਾਲਾ ਕੜਾਈ ਦੇ ਵਿੱਚ ਮੇਰੀ ਅੰਮੀ ਬਣਾਉਂਦੀ ਹੁੰਦੀ ਆ ਤਕਰੀਬਨ 25-30 ਕਿਲੋ ਦੁੱਧ ਦੇ ਵਿੱਚ ਸਿਰਫ 2.5 ਕਿਲੋ ਸਿਮਨਕ ਪਾ ਕੇ ਕਿਸ ਦਿਨ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਮੈਂ ਆਪਣੀ ਅੰਮੀ ਕੋਲ ਜਾਊਂਗੀ ਨਾ ਫਿਰ ਉੱਥੇ ਜਾ ਕੇ ਬਣਵਾ ਕੇ ਤੇ ਫਿਰ ਤੁਹਾਨੂੰ ਰੈਸਪੀ ਸ਼ੇਅਰ ਕਰਾਂਗੇ ਤੇ ਉਹਦੇ ਵਿੱਚ ਕੋਈ ਅੰਮੀ ਨੇ ਨਹੀਂ ਕੋਈ ਰੰਗ ਕਾਟ ਜੇ ਉਹ ਕੁਛ ਨਹੀਂ ਪਾਣਾ ਹੈ ਤੇ ਮਜ਼ੇਦਾ ਹੁੰਦਾ ਸੋਨਾ ਲਵਾਵੀ ਹਰ ਇਲਾਕੇ ਦੀ ਇੱਕ ਆਪਣੀ ਹੁੰਦੀ ਹੈ ਕਾਜਨਾਂ ਦਾ ਗਜਰੇਲਾ ਮੇਰੀ ਅੰਮੀ ਨੇ ਤਾਂ ਬੜੀਆਂ ਕੜਾਈਆਂ ਚ ਬਣਾਉਂਦੀ ਹੁੰਦੇ ਨੇ ਅੱਛ ਛੋਟੀਆਂ ਚ ਤਾਂ ਮੇਰੀ ਅੰਮੀ ਨੂੰ ਸਮਝ ਨਹੀਂ ਆਉਂਦੀ ਜੀ ਆਟੇ ਦੀ ਵੀ ਮੱਠੀਆਂ ਜੀਆਂ ਵੀ ਬਣਾਵੇ ਤੇ ਮੇਰੀ ਅੰਮੀ ਤਾਂ 4-5 ਕਿਲੋ ਆਟਾ ਗਨਾਂਦੀ ਆ ਆ ਮਾੜਾ ਮੋਟਾ ਨਹੀਂ ਮੈਂ ਹੱਸ ਦਿੰਨੀ ਆ ਵੀ ਆਪਣੀ ਅੰਮੀ ਨੂੰ ਫੇ ਇੰਨਾ ਸਾਰਾ ਅੰਮੀ ਗੁੰਨਣਾ ਕਿਹੜਾ ਸੌਕਾ ਹੈ ਇਸ ਵਾਸਤੇ ਫਿਰ ਉੱਥੇ ਘਰ ਵਾਲੇ ਵੀ ਜੀ ਵੀ ਮਾਸ਼ਾਅੱਲਾ ਜ਼ਿਆਦਾ ਨੇ ਤੇ ਕੰਮ ਕਰਨ ਵਾਲੇ ਵੀ ਕਾਫੀ ਸਾਰੇ ਨੇ ਇਸ ਵਜ੍ਹਾ ਤੋਂ ਫਿਰ ਜ਼ਿਆਦਾ ਅੰਮੀ ਕੋ ਵੀ ਲੈ ਐਨੇ ਕਨਾ ਕੀ ਬਣਦਾ ਆ ਕਾਫੀ ਸਾਰਾ ਹੋਵੇ ਫੇਰ ਹੀ ਆ ਤੇ ਅਸਲੇ ਅਸੀਂ ਤਾਂ ਥੋੜੇ ਜੇ ਬਣਾਏ ਨੇ ਵੀ ਪਤਾ ਨਹੀਂ ਬੱਚੇ ਖਾਂਦੇ ਨੇ ਨਹੀਂ ਖਾਂਦੇ ਮਿੱਠੀਆਂ ਚੀਜ਼ਾਂ ਬੱਚੇ ਘੱਟ ਖਾਂਦੇ ਨੇ ਛੋਟੇ بڑے ਕੋਈ ਇੱਕ ਇੱਕ ਦੋ ਦੋ ਪੀਸ ਖਾ ਲੈਣਗੇ ਤੇ ਛੋਟੇ ਥੋੜੀਆਂ ਖਾਂਦੇ ਨੇ ਤੇ ਇਸ ਵਾਸਤੇ ਫਿਰ ਅਸੀਂ ਥੋੜੇ ਹੀ ਬਣਾਏ ਸੀ ਤਕਰੀਬਨ ਤਿੰਨ ਕਬਾ ਆٹے ਦੇ ਨਾਲ ਤੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤੇ ਇਹਦੇ ਚ ਅਸੀਂ ਮਿੱਠਾ ਸੋਡਾ ਕੁਛ ਨਹੀਂ ਐਸਾ ਪਾਇਆ ਵੀ ਜਿਹੜਾ ਪੇਟ ਨੂੰ ਖਰਾਬ ਕਰੇ ਤੇ ਇਹਦੇ ਚ ਬਸ ਮੈਦਾ ਵੀ ਨਹੀਂ ਪਾਇਆ ਮੈਦਾ ਵੀ পেট ਜਾ ਕੇ ਜੰਮ ਜਾਂਦਾ ਨਾ ਇਹ ਚ ਆਪਾਂ ਘਰ ਦਾ ਆਟਾ ਨਾ ਬਣਾਏ ਨੇ ਤੁਸੀਂ ਖਾ ਕੇ ਟਰਾਈ ਕਰਕੇ ਦੇਖਿਓ ਤੇ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਇਸ ਲਈ ਹੁਣ ਆਪਣੀਆਂ ਮਠੀਆਂ ਵੀ ਤਿਆਰ ਹੋ ਰਹੀਆਂ ਨੇ ਨਾਲੇ ਮੈਂ ਕਿਹਾ ਤੁਹਾਨੂੰ ਦੱਸਾਂ ਆਪਣੇ ਇਲਾਕੇ ਹਰ ਇਲਾਕੇ ਦਾ ਇੱਕ ਹੁੰਦਾ ਆ ਕਲਚਰ ਚੀਜ਼ਾਂ ਬਣਾਉਣ ਦਾ ਲੈਦਾ ਲੈਦਾ ਤੇ ਅਸੀਂ ਤਾਂ ਉੱਥੇ ਐਸੀ ਤਰ੍ਹਾਂ ਬਣਾਈ ਦੇਨੇ ਵਿੱਚ ਮੈਦਾ ਵਗੈਰਾ ਕੁਝ ਨਹੀਂ ਪਾਈਦਾ ਤੇ ਨਰਮ ਵੀ ਹੁੰਦੇ ਨੇ ਮੈਦੇ ਵਾਲੇ ਮੈਂ ਇੱਕ ਵਾਰੀ ਖਾਦੇ ਸੀ ਉਹ ਤਾਂ ਸਖਤ ਸਖਤ ਹੁੰਦੇ ਨੇ ਤੇ ਕੜਚਕੜਾ ਜਿਵੇਂ ਟੁੱਟਣ ਦੀ ਆਵਾਜ਼ ਆਉਂਦੀ ਹੁੰਦੀ ਆ ਉਹਨਾਂ ਦੀ ਤੇ ਇਹ ਤਾਂ ਨਰਮ ਰਹਿੰਦੇ ਨੇ ਆਟੇ ਵਾਲੇ ਦੇ ਨਰਮ ਹੁੰਦੇ ਨੇ ਹੁਣ ਓਕੇ ਅੱਲਾਹ ਹਾਫਿਜ਼ ਫਿਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ